ਅੱਜ ਅਸੀਂ ਹਰਿਆਣੇ 'ਚ ਇਕੱਠੇ ਹੋਏ ਹਾਂ। ਮੇਰੇ ਨਾਲ ਵੱਖ ਵੱਖ ਪਿੰਡਾਂ ਤੋਂ ਸੰਗਤ ਪਹੁੰਚੀ ਹੈ, ਮੋਹਤਵਾਰ ਸੱਜਣ ਵੀ ਪਹੁੰਚੇ ਆ। ਅੱਜ ਸਾਡਾ ਇਕੱਠੇ ਹੋਣ ਦਾ ਮਕਸਦ ਇਹ ਆ ਕਿ ਇੱਥੇ ਹਰਿਆਣੇ ਦੇ ਵਿੱਚ ਅਸੀਂ ਲਾਮਬੰਦੀ ਸ਼ੁਰੂ ਕੀਤੀ ਹੈ ਇਕੱਠੇ ਕਰਕੇ ਲੋਕਾਂ ਨੂੰ। 17 ਤਰੀਕ ਨੂੰ ਜਿਹੜਾ ਭਾਈ ਨਵਦੀਪ ਸਿੰਘ ਜਲਵੇੜੇ ਦੇ ਹੱਕ ਦੇ ਵਿੱਚ SSP ਦਫ਼ਤਰ ਦੇ ਅੱਗੇ ਅੰਬਾਲੇ ਵੱਡਾ ਇਕੱਠ ਰੱਖਿਆ ਗਿਆ, ਉਹਦੇ ਸੰਬੰਧ 'ਚ ਇਹ ਲਾਮਬੰਦੀ ਆ ਪਿੰਡਾਂ ਦੀ। ਅਤੇ ਅਪੀਲ ਕਰਦੇ ਹਾਂ ਪੰਜਾਬ ਹਰਿਆਣਾ UP ਰਾਜਸਥਾਨ ਦੇ ਲੋਕਾਂ ਨੂੰ ਕਿ ਸਾਨੂੰ ਅੱਜ ਲੋੜ ਆ ਉਸ ਜੁਝਾਰੂ ਯੋਧੇ ਨਾਲ ਖੜ੍ਹਨ ਦੀ, ਜਿਹੜਾ ਯੋਧਾ 2020 ਦੇ ਕਿਸਾਨੀ ਅੰਦੋਲਨ ਦੇ ਵਿੱਚ ਵੀ ਇੱਕ ਡਾ ਕੇ ਲੜਿਆ, ਪਰਚੇ ਪਾਏ ਗਏ, ਜਿਹੜਾ ਨੌਜਵਾਨ ਇਸ ਮੋਰਚੇ ਦੇ ਵਿੱਚ ਵੀ ਸ਼ੰਭੂ ਹੋਵੇ, ਖਨੌੜੀ ਹੋਵੇ, ਹਰਿਆਣੇ 'ਚ ਹੋਵੇ, ਪੂਰਾ ਇੱਕ ਡਾ ਕੇ ਲੜਦਾ ਰਿਹਾ, ਲੋਕਾਂ ਨੂੰ ਲਾਮਬੰਦ ਕਰਦਾ ਰਿਹਾ, ਕਾਫਲੇ ਬੰਨ੍ਹ ਕੇ ਪਿੰਡਾਂ ਦੇ ਵਿੱਚੋਂ ਮੋਰਚਾ ਵੱਲ ਤੋਰਦਾ ਰਿਹਾ। ਪਿਛਲੇ ਕਈ ਮਹੀਨਿਆਂ ਤੋਂ ਉਸ ਨੌਜਵਾਨ ਨੂੰ ਚੱਕ ਕੇ ਹਰਿਆਣਾ ਪੁਲਿਸ ਵੱਲੋਂ ਨਾਲ ਸੈਂਟਰ ਦੀ ਜਿਹੜੀ ਪੁਲਿਸ ਜਾਂ ਸੈਂਟਰ ਦੀ ਜਿਹੜੀ ਸਰਕਾਰ ਵਾਲੀ ਵੀ ਆ, ਸੈਂਟਰ ਦੀਆਂ ਏਜੰਸੀਆਂ ਨਾਲ ਰਲੀਆਂ ਹੋਈਆਂ ਨੇ, ਉਹਨਾਂ ਨੇ ਚੱਕ ਕੇ ਉਹਨਾਂ ਨੂੰ ਛੱਦ ਢਾਇਆ ਗਿਆ, ਜ਼ੁਲਮ ਕੀਤਾ ਗਿਆ, ਉਹਦੇ ਚੱਡੇ ਪਾੜੇ ਗਏ, ਉਹਨੂੰ ਪਾਣੀ 'ਚ ਡਬੋਇਆ ਗਿਆ, ਉਹਦੇ ਕਰੰਟ ਲਾਇਆ ਗਿਆ ਗੁਪਤੰਗਾਂ ਦੇ ਉੱਤੇ, ਉਹਦੇ ਉਹਨੂੰ ਕਈ ਕਈ ਰਾਤਾਂ ਤਾਹਾਂ ਬੰਨ੍ਹ ਕੇ, ਛੱਤ ਨਾਲ ਬਾਹਾਂ ਬੰਨ੍ਹ ਕੇ, ਥੱਲੋਂ ਲੱਤਾਂ ਬੰਨ੍ਹ ਕੇ ਉਸ ਨੌਜਵਾਨ ਨੂੰ ਕਈ ਕਈ ਰਾਤਾਂ ਸੌਣ ਨਹੀਂ ਦਿੱਤਾ ਗਿਆ। ਜੇ ਮਾੜਾ ਮੋਟਾ ਅੱਖ ਲਾਉਂਦਾ ਸੀਗਾ, ਮੱਲੋ ਮੱਲੀ ਨੀਂਦ ਆਉਂਦੀ ਸੀ, ਤਾਂ ਨਹੁੰ ਤੇ ਗੂਠੇ ਤੇ ਪੈਰਾਂ ਦੇ ਡੰਡਾ ਮਾਰਦੇ ਸੀ। ਉਹ ਕਿਹੜਾ ਤਸ਼ੱਦਦ ਹੈ ਜਿਹੜਾ ਉਸ ਨੌਜਵਾਨ 'ਤੇ ਢਾਇਆ ਨਹੀਂ ਗਿਆ, ਕੀਤਾ ਨਹੀਂ ਗਿਆ? ਇੱਕ ਨਹੀਂ, ਦੋ ਨਹੀਂ, ਪੂਰੇ 17 ਪਰਚੇ ਹਰਿਆਣੇ 'ਚ ਉਹਦੇ 'ਤੇ ਦੇ ਦਿੱਤੇ ਗਏ ਆ। ਇੱਕ ਪਰਚੇ ਜ਼ਮਾਨਤ ਹੁੰਦੀ ਆ, ਦੂਜਾ ਪਰਚਾ ਦੂਜੇ ਜ਼ਮਾਨਤ ਦਾ, ਤੀਜਾ ਪਰਚਾ ਤਿਆਰ ਹੁੰਦਾ। ਇਸ ਤਰ੍ਹਾਂ 17 ਮੁਕੱਦਮੇ ਤੂੰ ਪਹਿਲਾਂ ਦੇ ਚੁੱਕੇ ਆ, ਜੇਲ੍ਹ ਦੇ ਅੰਦਰ ਵੀ ਉਹਨੂੰ ਇੰਨਾ ਤੰਗ ਕੀਤਾ ਜਾ ਰਿਹਾ। ਉਸ ਇਨਸਾਨ ਦਾ ਬਹੁਤ ਬੁਰਾ ਹਾਲ ਹੈ ਉਸ ਯੋਧੇ ਦਾ, ਪਰ ਉਹ ਚੜ੍ਹਦੀ ਕਲਾ 'ਚ ਹੈ। ਇਹੀ ਸਾਡੀ ਨਿਸ਼ਾਨੀ ਹੈ ਕਿ ਯੋਧੇ ਹਮੇਸ਼ਾ ਜੇਲ੍ਹਾਂ 'ਚ ਹੋਣ, ਸੰਘਰਸ਼ਾਂ 'ਚ ਹੋਣ, ਚਾਹੇ ਵੱਡੇ ਪਏ ਹੋਣ, ਮਰਨ ਕਿਨਾਰੇ ਪਏ ਹੋਣ, ਪਰ ਗੱਲ ਹਮੇਸ਼ਾ ਚੜ੍ਹਦੀ ਕਲਾ ਦੀ ਕਰਦੇ ਆ। ਸੋ ਆਓ ਮੇਰੇ ਪੰਜਾਬ ਦੇ, ਹਰਿਆਣੇ ਦੇ, UP ਦੇ, ਰਾਜਸਥਾਨ ਦੇ ਲੋਕੋ, ਉੱਠ ਕੇ ਆਪਾਂ ਉਸ ਨੌਜਵਾਨ ਨੂੰ ਬਾਹਰ ਲੈ ਕੇ ਆਈਏ, ਜੋ ਹੋ ਰਿਹਾ ਜ਼ੁਲਮ ਨੂੰ ਨੱਥ ਪਾਈਏ, ਉਹਦੇ ਪਰਚਿਆਂ ਨੂੰ ਰੱਦ ਕਰਾਈਏ। 17 ਤਰੀਕ ਨੂੰ SSP ਦਫ਼ਤਰ ਅੰਬਾਲੇ ਦੇ ਅੱਗੇ ਇਕੱਠ ਰੱਖਿਆ ਗਿਆ। ਮੈਂ ਪੰਜਾਬ ਦੇ, ਹਰਿਆਣੇ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਆਪੋ ਆਪਣੇ ਪਿੰਡਾਂ 'ਚੋਂ ਟਰੱਕ ਟਰਾਲੀਆਂ ਲੈ ਕੇ, ਗੱਡੀਆਂ ਲੈ ਕੇ, ਬੱਸਾਂ ਲੈ ਕੇ ਕਾਫਲਿਆਂ ਦੇ ਰੂਪ ਦੇ ਵਿੱਚ ਅੰਬਾਲੇ ਪਹੁੰਚਣਾ। ਮੈਨੂੰ ਇਹ ਵੀ ਪਤਾ ਲੱਗਿਆ ਕਿ 17 ਤਰੀਕ ਨੂੰ, ਹੋ ਸਕਦਾ 16 ਤਰੀਕ ਨੂੰ ਇਹ ਰੇਲ ਗੱਡੀਆਂ ਬੰਦ ਕਰ ਦੇਣ, ਇਹ ਨਾਕੇ ਲਾ ਦੇਣ, ਇਹ ਘਰੋਂ ਘਰੀ ਆ ਕੇ ਆਗੂਆਂ ਨੂੰ ਫੜਨਾ ਸ਼ੁਰੂ ਕਰ ਦੇਣ। ਇਸ ਕਰਕੇ ਆਪਾਂ ਪੂਰੀ ਮੁਸਤੈਦੀ ਦੇ ਨਾਲ, ਚੁਕੰਨੇ ਹੋ ਕੇ, ਸੁਚੇਤ ਹੋ ਕੇ, ਦ੍ਰਿੜਤਾ ਨਾਲ, ਦਲੇਰੀ ਨਾਲ, ਨਿਡਰਤਾ ਦੇ ਨਾਲ ਆਪਾਂ ਹਰ ਹਾਲ 17 ਤਰੀਕ ਨੂੰ, 17 ਜੁਲਾਈ ਨੂੰ SSP ਦਫ਼ਤਰ ਦੇ ਅੱਗੇ ਲੱਖਾਂ ਦੀ ਗਿਣਤੀ 'ਚ ਇਕੱਠ ਕਰਨਾ ਹੈ ਅਤੇ ਇਹ ਸਰਕਾਰ ਨੂੰ ਗੋਡੇ ਭਾਰ ਲੈ ਕੇ ਆਉਣਾ। ਜੋ ਇਹ ਜ਼ੁਲਮ ਸਾਡੇ ਉਹਨਾਂ ਯੋਧਿਆਂ 'ਤੇ ਕਰ ਰਹੀ ਹੈ, ਯਾਦ ਰੱਖਿਓ ਕਿ ਅੱਜ ਅਸੀਂ ਉਸ ਨੌਜਵਾਨ ਨਾਲ ਨਾ ਖੜ੍ਹ ਸਕੇ, ਆਉਣ ਵਾਲੇ ਸਮੇਂ ਦੇ ਵਿੱਚ
ਸਾਡੇ ਲਈ ਮਰਨ ਵਾਲੇ, ਲੜਨ ਵਾਲੇ, ਖੜਨ ਵਾਲੇ, ਸਾਡੀਆਂ ਜ਼ਮੀਨਾਂ ਬਚਾਉਣ ਵਾਲੇ, ਕਿਸਾਨੀ ਲਈ, ਮਜ਼ਦੂਰਾਂ ਲਈ ਲੜਨ ਵਾਲੇ, ਸਾਡੀ ਸੱਭਿਅਤਾ ਨੂੰ ਬਚਾਉਣ ਲਈ ਲੜਨ ਵਾਲੇ ਯੋਧੇ ਘਰਾਂ 'ਚ ਵੜ ਕੇ ਬੈਠ ਜਾਣਗੇ ਵੀ ਇੱਥੇ ਮਗਰੋਂ ਕੋਈ ਬਾਤ ਨਹੀਂ ਪੁੱਛਦਾ। ਸੋ ਭਰਾਵੋ, ਹੁਣ ਘਰਾਂ 'ਚ ਬੈਠਣ ਦਾ ਵੇਲਾ ਨਹੀਂ। ਅੱਜ ਅਸੀਂ ਲਾਮਬੰਦੀ ਸ਼ੁਰੂ ਕੀਤੀ ਆ, ਹਰਿਆਣੇ ਦੇ ਪਿੰਡਾਂ 'ਚ ਅਸੀਂ ਇਕੱਠੇ ਪਿੰਡ ਖੜ੍ਹੇ ਹਾਂ। ਗੁਰੂ ਘਰ 'ਚ ਵੱਡੇ ਇਕੱਠ ਵੱਖ ਵੱਖ ਪਿੰਡਾਂ ਤੋਂ ਸੰਗਤ ਇੱਥੇ ਆਈ ਹੈ, ਪੰਜਾਬ 'ਚ ਵੀ ਜਾਵਾਂਗੇ। ਸੋ ਆਓ ਆਪਾਂ ਸਤਾਰਾਂ ਨੂੰ ਆਪਣੇ ਆ ਜ਼ਮੀਰ ਦੀ ਆਵਾਜ਼ ਸੁਣ ਕੇ, ਆਪਣੇ ਦਿਲ ਦੀ ਆਵਾਜ਼ ਸੁਣ ਕੇ ਵੀ ਨਹੀਂ ਯਾਰ, ਉਹ ਕਿਸੇ ਖਾਲ ਵੱਟ ਪਿੱਛੇ ਨਹੀਂ, ਕੋਈ ਜ਼ਮੀਨੀ ਝਗੜੇ ਪਿੱਛੇ ਨਹੀਂ, ਕੋਈ ਘਰੇਲੂ ਮਸਲੇ ਪਿੱਛੇ ਨਹੀਂ, ਉਹ ਸਾਡੀ ਖਾਤਰ, ਸਾਡੀਆਂ ਫਸਲਾਂ ਨਸਲਾਂ ਨੂੰ ਬਚਾਉਣ ਲਈ, ਸਾਡੀਆਂ ਜ਼ਮੀਨਾਂ ਨੂੰ ਬਚਾਉਣ ਲਈ, ਉਹ ਪੂਰੀ ਮਨੁੱਖਤਾ ਦੀ ਲੜਾਈ ਲੜਦਾ ਹੋਇਆ ਸਾਡਾ ਨੌਜਵਾਨ ਨਵਦੀਪ ਸਿੰਘ ਜਲਵੇੜਾ ਪਿਛਲੇ ਕਈ ਮਹੀਨਿਆਂ ਤੋਂ ਇਹ ਹਕੂਮਤ ਦਾ ਤਸ਼ੱਦਰ ਚੱਲ ਰਿਹਾ ਭਰਾਵੋ। ਆਓ ਉੱਠ ਕੇ 17 ਤਰੀਕ ਨੂੰ ਕਾਫਲੇ ਵੰਡ ਕੇ ਬਹੀਰਾ ਕੱਟ ਗਏ, ਅੰਬਾਲੇ ਪਹੁੰਚ ਗਏ ਅਤੇ ਇਹ ਸਰਕਾਰ ਨੂੰ ਦਿਖਾ ਦੇ, ਇਕੱਲਾ ਨਵਦੀਪ ਨਹੀਂ, ਹਜ਼ਾਰਾਂ ਲੱਖਾਂ ਲੋਕ, ਮੇਰੇ ਪੰਜਾਬ ਹਰਿਆਣੇ ਦੀਆਂ ਮਾਵਾਂ, ਨੌਜਵਾਨ ਬਜ਼ੁਰਗ ਉਸ ਜਿਹਾਰੂ ਜੋਧੇ ਦੇ ਨਾਲ ਖੜੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।